ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ, ਕੇਬਲ ਯੂਨੀਵਰਸਿਟੀ ਪੰਜਾਬ। ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਔਰ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਉਹਨਾਂ ਨੇ ਮੁੱਦਾ ਉਠਾਇਆ ਉਹ ਬਹੁਤ ਵੱਡਾ ਮੁੱਦਾ ਹੈ। ਜਿਸ ਢੰਗ ਨਾਲ ਭਾਰਤੀ ਜਨਤਾ ਪਾਰਟੀ, ਦੇਸ਼ ਦੀ ਕੇਂਦਰ ਸਰਕਾਰ ਜਿਸ ਢੰਗ ਨਾਲ ਪੰਜਾਬ ਨੂੰ ਹਰ ਜਗ੍ਹਾ ਤੇ ਇਗਨੋਰ ਕਰ ਰਹੀ ਹੈ, ਸਾਡਾ ਤੇ ਅਜੇ ਇਤਿਹਾਸ ਸੀਗਾ ਕਿ 23 ਦੇ ਵਿੱਚ ਜਨਵਰੀ ਚ ਜਿਹੜੀਆਂ ਝਾਕੀਆਂ ਨਿਕਲੀਆਂ 26 ਜਨਵਰੀ ਵਾਲੇ ਪ੍ਰੋਗਰਾਮ ਚ, ਉਹ ਚ ਵੀ ਸਾਨੂੰ ਇਗਨੋਰ ਕੀਤਾ ਗਿਆ ਪੰਜਾਬ ਨੂੰ, ਤੇ ਹੁਣ ਜਿਹੜੀ ਆਉਣ ਵਾਲੀ ਅਗਲੇ ਸਾਲ ਵਾਲੀ 24 ਵਾਲੀ ਜਨਵਰੀ ਹੈ, ਉਹਦੇ ਵਿੱਚ ਵੀ 26 ਜਨਵਰੀ ਦੇ ਪ੍ਰੋਗਰਾਮ ਵਿੱਚ ਪੰਜਾਬ ਦੀਆਂ ਝਾਕੀਆਂ ਨੂੰ ਜਿਹੜਾ ਕੱਢ ਦਿੱਤਾ ਗਿਆ। ਮੇਰਾ ਮੰਨਣਾ ਕਿ ਜਿਹੜੀ ਕੇਂਦਰ ਸਰਕਾਰ ਆ, ਬੀਜੇਪੀ ਆ ਜਿਹੜੀ, ਇਹ ਸਾਡੇ ਨਾਲ ਪੰਜਾਬ ਨਾਲ ਇਸ ਕਰਕੇ ਦੋ ਕਾਰਨਾਂ ਜਿੰਨਾ ਕਰਕੇ ਸਾਡੇ ਨਾਲ ਉਹ ਔੜੀ ਅੱਖ ਕਰ ਰਹੀ ਹੈ। ਇੱਕ ਤਾਂ ਪੰਜਾਬ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਅਸਾਂ ਦਿੱਲੀ ਦੀ ਵੀ ਝਾਕੀ ਕੱਢਤੀ, ਜਿੱਥੇ ਉੱਥੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਔਰ ਦੂਜਾ ਮੈਂ ਸਮਝਦਾ ਕਿ ਜਿਹੜੇ ਅੱਜ ਤੋਂ 1.5-2 ਸਾਲ ਪਹਿਲਾਂ, 2-2.5 ਸਾਲ ਪਹਿਲਾਂ ਜਿਹੜਾ ਦਿੱਲੀ ਦੀਆਂ ਸੜਕਾਂ ਦੇ ਉੱਤੇ ਕਿਸਾਨ ਅੰਦੋਲਨ ਹੋਇਆ, ਜਿਹੜਾ ਕੋਈ 1.5 ਸਾਲ ਦੇ ਕਰੀਬ ਉੱਥੇ ਚੱਲਿਆ, ਔਰ ਪੰਜਾਬ ਦੇ ਕਿਸਾਨਾਂ ਨੇ ਉਹਦੀ ਅਗਵਾਈ ਕੀਤੀ, ਔਰ ਕੇਂਦਰ ਸਰਕਾਰ ਨੂੰ, ਮੋਦੀ ਨੂੰ ਝੁਕਣਾ ਪਿਆ, ਜਿਹੜਾ ਉਹ ਪੰਜਾਬ ਨੂੰ ਮਤਲਬ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚਣਾ ਚਾਹੁੰਦੇ ਸੀ ਸਾਡੀਆਂ ਜ਼ਮੀਨਾਂ ਨੂੰ, ਉਹ ਸਾਡੇ ਕੋਲ ਬਾਰ ਬਾਰ ਬਾਲਾ ਲੈ ਰਹੇ। ਉਸ ਚੀਜ਼ ਦੀ ਜਿਹੜੀ ਖੁੰਦਕ ਹੈ ਉਹ ਬੀਜੇਪੀ ਕੱਢ ਰਹੀ ਆ, ਕਦੀ ਸਾਡੇ ਆਰਡੀਐਫ ਫੰਡ ਰੋਕ ਰਹੀ ਹੈ। ਤੁਸੀਂ ਸੋਚੋ ਕਿ ਜਿਹੜਾ ਆਰਡੀਐਫ ਫੰਡ ਸੀਗਾ ਸਾਡਾ 5,500 ਕਰੋੜ, ਉਹ ਲੱਗਣਾ ਕਿੱਥੇ ਹੈ? ਉਹ ਲੱਗਣਾ ਪੰਜਾਬ ਦੀਆਂ ਲਿੰਕ ਰੋਡਾਂ ਦੇ ਉੱਤੇ, ਲਿੰਕ ਰੋਡਾਂ ਜਿਹੜੀਆਂ ਪਿੰਡਾਂ ਨੂੰ ਜੋੜਦੀਆਂ, ਜਿਹੜੀਆਂ ਛੋਟੇ ਛੋਟੇ ਕਸਬਿਆਂ ਨੂੰ ਜੋੜਦੀਆਂ। ਉਹਨਾਂ ਪਿੰਡਾਂ ਦੇ ਵਿੱਚ ਕੌਣ ਰਹਿੰਦਾ? ਉਹਨਾਂ ਪਿੰਡਾਂ ਦੇ ਵਿੱਚ ਕਿਸਾਨ ਤੇ ਮਜ਼ਦੂਰ ਰਹਿੰਦੇ ਆ, ਇਸ ਕਰਕੇ ਉਹ ਫੰਡ ਰੋਕ ਦਿੰਦੇ। ਗਰੀਬ ਲੋਕਾਂ ਦੇ ਇਲਾਜ ਲਈ ਜਿਹੜੇ ਪੈਸੇ ਸਾਡੇ ਸਿਹਤ ਸਹੂਲਤਾਂ ਦੇ, ਉਹ ਰੋਕ ਦਿੰਦੇ ਆ। ਹਰ ਪਾਸੇ ਤੋਂ ਉਹ ਸਾਨੂੰ ਰੋਕਦੇ ਆ। ਸਰ, ਅਸੀਂ ਸਾਡੇ ਮਤਲਬ ਜਿਹੜਾ ਪੰਜਾਬ ਨੇ ਸ਼ਹੀਦਿਆਂ ਦੇ ਭਗਤ ਸਿੰਘ ਪੈਦਾ ਕੀਤਾ, ਪੰਜਾਬ ਨੇ ਕਰਤਾਰ ਸਿੰਘ ਸਰਾਭਾ ਪੈਦਾ ਕੀਤਾ, ਪੰਜਾਬ ਨੇ ਸ਼ਹੀਦ ਊਧਮ ਸਿੰਘ ਪੈਦਾ ਕੀਤਾ। ਸਰ, ਸਾਡੇ ਮਹਾਨ ਸ਼ਹੀਦਾਂ ਨੇ ਇਹ ਦੇਸ਼ ਨੂੰ ਆਜ਼ਾਦ ਕਰਾਇਆ, ਔਰ ਅੱਜ ਵੀ ਪ੍ਰੈਜੈਂਟ ਟਾਈਮ ਦੇ ਉੱਤੇ ਪੰਜਾਬੀ ਜਿਹੜੇ ਪੰਜਾਬ ਦੇ ਸਿੱਖ ਨੇ, ਉਹ ਭਾਰਤੀ ਫੌਜਾਂ ਦੇ ਵਿੱਚ ਇਹ ਦੇਸ਼ ਦੀ ਰੱਖਿਆ ਕਰ ਰਹੇ। ਅਸੀਂ ਪਹਿਲਾਂ ਦੇਸ਼ ਆਜ਼ਾਦ ਕਰਾਉਣ ਵਾਲਿਆਂ ਦੇ ਵਿੱਚ ਮੋਹਰੀ ਸੀਗੇ, ਅੱਜ ਵੀ ਦੇਸ਼ ਦੀ ਰੱਖਿਆ ਵਾਸਤੇ ਵੱਖ ਵੱਖ ਫੋਰਸਾਂ ਦੇ ਵਿੱਚ, BSF, CLP, ਜਿਹੜੀ ਭਾਰਤੀ ਫੌਜ ਆ, ਉਹਦੇ ਵਿੱਚ ਸਾਡੇ ਜਿਹੜੇ ਸਿੱਖ ਤੇ ਪੰਜਾਬੀ ਜਿਹੜੇ ਸਾਡੇ ਉਹ ਜਿਹੜੇ ਜਵਾਨ ਆ, ਉਹਨਾਂ ਦੀਆਂ ਸ਼ਹਾਦਤਾਂ ਹੋ ਰਹੀਆਂ ਨੇ। ਅਸੀਂ ਇਹ ਦੇਸ਼ ਦਾ ਹਿੱਸਾ ਨਹੀਂ, ਇਹ ਦੇਸ਼ ਸਾਡਾ ਨਹੀਂ ਗਾ। ਪੰਜਾਬ ਨੇ ਕੀ ਗੁਨਾਹ ਕੀਤਾ? ਪੰਜਾਬ ਦੇ ਦੇਸ਼ ਨੂੰ ਅੰਨ ਪੈਦਾ ਕਰਕੇ ਦਿੱਤਾ, ਪੰਜਾਬ ਨੇ ਦੇਸ਼ ਨੂੰ ਆਜ਼ਾਦ ਕਰਾਇਆ, ਹੁਣ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੀ ਹੈ। ਸੋ ਮੈਂ ਸਮਝਦਾ ਕਿ ਅੱਜ CM ਸਾਹਿਬ ਨੇ ਜਿਹੜਾ ਇਹ ਮੁੱਦਾ ਉਠਾਇਆ, ਬਹੁਤ ਵੱਡਾ ਮੁੱਦਾ, ਬਹੁਤ ਸੀਰੀਅਸ ਮੁੱਦਾ। ਔਰ ਜਿਹੜੀ ਗੱਲ CM ਸਾਹਿਬ ਨੇ ਪਿਛਲੇ ਦਿਨਾਂ 'ਚ ਕਹੀ ਸੀ ਕਿ ਹੋ ਸਕਦਾ ਜਨਗਣ ਮਨ ਦੇ ਵਿੱਚੋਂ ਪੰਜਾਬ ਦਾ ਨਾਂ ਕੱਢਦੇ, ਮੈਨੂੰ ਲੱਗਦਾ ਕਿ ਉੱਧਰ ਨੂੰ ਵੱਧ ਰਹੇ। ਔਰ ਮੇਰੀ ਪੰਜਾਬ ਦੇ ਜਿਹੜੇ BJP ਦੇ ਲੀਡਰ ਹੈ, ਜਿਹੜੇ ਬੜੇ ਤਾਜ਼ੇ ਤਾਜ਼ੇ ਲੀਡਰ ਬਣੇ, ਪਹਿਲਾਂ ਤਾਂ ਚਲੋ ਕਾਂਗਰਸ ਦੇ, ਹੁਣ ਉਹ ਤਾਜ਼ੇ ਤਾਜ਼ੇ ਲੀਡਰ ਬਣੇ ਆ, ਬੜੀਆਂ ਅੱਜ ਕੱਲ੍ਹ ਉਹ ਤੁਰੇ ਫਿਰਦੇ ਆ ਪੰਜਾਬ ਦੇ ਵਿੱਚ, ਜਾਖੜ ਸਾਹਿਬ ਹੋਣੀ, ਕੈਪਟਨ ਸਾਹਿਬ ਹੋਣੀ, ਉਹਨਾਂ ਦੀ ਟੀਮ ਜਿਹੜੀ ਆ, ਸਭ ਉਹ ਜਵਾਬ ਦੇਣ ਪੰਜਾਬ ਦੇ ਲੋਕਾਂ ਨੂੰ ਕਿ ਸਾਡੀਆਂ ਝਾਕੀਆਂ ਕਿਉਂ ਕੱਢੀਆਂ ਜਾ ਰਹੀਆਂ, ਸਾਡੇ ਸ਼ਹੀਦ ਭਗਤ ਸਿੰਘ ਨੂੰ, ਸਾਡੇ ਕਲਚਰ ਨੂੰ, ਸਾਡੇ ਕਰਤਾਰ ਸਰਾਭੇ ਨੂੰ ਕਿਉਂ ਇਗਨੋਰ ਕੀਤਾ ਜਾ ਰਿਹਾ, ਕਿਉਂ ਨਹੀਂ ਦਿਖਾਇਆ ਜਾ ਰਿਹਾ? ਨੈਸ਼ਨਲ ਲੈਵਲ ਤੇ ਸ਼ਹੀਦਿਆਂ ਦੇ ਭਗਤ ਸਿੰਘ ਨੂੰ ਸਭ ਲੋਕ ਜਾਣਦੇ ਆ, ਜਿਹੜੇ ਵਿਦੇਸ਼ੀ ਮਹਿਮਾਨ ਆਉਂਦੇ ਆ
ਇਹਨਾਂ ਪਰੇਡਾਂ ਦੇ ਉੱਤੇ ਉਹਨਾਂ ਦੇ ਅੱਗੇ ਪੰਜਾਬ ਦਾ ਪੱਖ ਜਿਹੜਾ ਇਹਨਾਂ ਝਾਕੀਆਂ ਦੇ ਰਾਹੀਂ ਜਾਂਦਾ, ਕਿਹੜੀ ਕਿਹੜੀ ਸਟੇਟ ਦੋਸਤਾਂ ਦੀ ਕੀ ਕਰਦੀ ਹੈ। ਸੋ ਮੈਂ ਸਮਝਦਾ ਕਿ ਬੀਜੇਪੀ ਨੇ ਅੱਜ ਬੀਜੇਪੀ ਦਾ ਜਿਹੜਾ ਫੈਸਲਾ, ਕੇਂਦਰ ਸਰਕਾਰ ਦਾ ਜਿਹੜਾ ਫੈਸਲਾ, ਇਹ ਬਹੁਤ ਘਟੀਆ ਨਿੰਦਣਯੋਗ ਹੈ ਔਰ ਉਹਦੀਆਂ ਇਹ ਜਿਹੜੀਆਂ ਨੀਤੀਆਂ ਪੰਜਾਬ ਵਿਰੋਧੀ, ਇਹਦੇ ਵਿਰੁੱਧ ਆਪਾਂ ਸਾਰਿਆਂ ਨੂੰ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਇਹ ਆਵਾਜ਼ ਜਿਹੜੀ ਬੁਲੰਦ ਕਰਨੀ ਪਊਗੀ, ਆਪਣੇ ਹੱਕਾਂ ਦੀ ਲੜਾਈ ਜਿਹੜੀ ਲੜਨੀ ਪਊਗੀ। ਜਿਸ ਤਰ੍ਹਾਂ ਸੂਬਿਆਂ ਦਾ ਗਲਾ ਘੁੱਟ ਰਹੀ ਹੈ ਬੀਜੇਪੀ ਸਹਿਤ ਸਹਿਜ ਆਪਣੇ ਵਿਰੋਧੀ ਸੂਬਿਆਂ ਦਾ, ਰਾਜਨੀਤਿਕ ਵਿਰੋਧੀ ਪਾਰਟੀਆਂ ਦੇ ਸੂਬੇ ਦਾ, ਉਹ ਬਹੁਤ ਦੇਸ਼ ਲਈ ਖਤਰਨਾਕ ਹੈ। ਮੈਂ ਇਸ ਕਾਰਵਾਈ ਦੀ, ਮਤਲਬ ਜਿਹੜਾ ਕੇਂਦਰ ਸਰਕਾਰ ਦੀ ਤੇ ਬੀਜੇਪੀ ਦੀ ਨਿੰਦਿਆ ਕਰਦਾ ਔਰ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਟੈਂਡ ਨੂੰ ਜਿਹੜਾ ਦੁਰਸਤ ਸਟੈਂਡ ਮੰਨਦਾ, ਔਰ ਮੈਂ ਉਹਨਾਂ ਨੂੰ ਅਪੀਲ ਵੀ ਕਰੂੰਗਾ ਕਿ ਇਹਦੇ ਲਈ ਜੋ ਵੀ ਕਰਨਾ ਪਏ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ। ਇਹ ਬਹੁਤ ਨਿੰਦਣਯੋਗ ਕਾਰਵਾਈ ਹੈ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।